ਫਿਰ ਕੋਈ ਗੱਲ ਨਾ ਸਮਝਾਵੇ ਤਾਂ ਦੱਸ ਦਿਆ ਜੀ, ਦੁਬਾਰੇ ਬੋਲੂੰਗੀ। ਸਾਡੇ ਵਿੱਚ ਸਾਡੇ ਵੱਡੇ ਭੈਣ ਜੀ ਇਸ ਹਲਕੇ ਦੇ ਇੰਚਾਰਜ ਮੰਜੂ ਬਾਲਾ ਜੀ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਇੱਥੇ ਆਉਣ ਤੇ। ਰਣਜੀਤ ਕੌਰ ਭੱਠੀ ਜੀ ਪਹੁੰਚ ਰਹੇ ਨੇ ਇੱਥੇ, ਉਹਨਾਂ ਦਾ ਵੀ ਇੰਤਜ਼ਾਰ ਕਰ ਰਹੇ ਹਾਂ, ਉਹ ਵੀ ਆਪਣੇ ਵਿੱਚ ਪਹੁੰਚਣਗੇ। ਤੁਸੀਂ ਸਭ ਜਾਣਦੇ ਹੋ ਆਉਣ ਵਾਲੀ 19 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ, ਉਹ ਚੋਣਾਂ ਜਿਹਦੇ ਨਾਲ ਆਉਣ ਵਾਲੇ 5 ਸਾਲਾਂ ਦਾ ਦੇਸ਼ ਦਾ ਭਵਿੱਖ ਤੁਸੀਂ ਚੁਣੋਗੇ। ਇਹ ਤਾਕਤ ਕਿਸੇ ਲੀਡਰ ਕੋਲੇ ਨਹੀਂ, ਕਿਸੇ ਅਫਸਰ ਕੋਲੇ ਨਹੀਂ, ਇਹ ਆਪਣੇ ਦੇਸ਼ ਦੇ ਇੱਕ ਇੱਕ ਨਾਗਰਿਕ ਕੋਲੇ ਤਾਕਤ ਹੈ। ਤੁਸੀਂ ਚੁਣਨੀ ਹੈ ਸਰਕਾਰ, ਤੁਸੀਂ ਪਹਿਲਾਂ ਚੁਣੀ ਸੀ, ਤੁਸੀਂ ਬਣਾਉਣੀ ਹੈ। ਆਪਾਂ ਸਾਰੇ ਇੱਥੇ ਤੁਹਾਡੇ ਹਲਕੇ ਦਾ ਕੈਂਡੀਡੇਟ, ਤੁਸੀਂ ਇੱਥੋਂ ਆਪਦੇ ਪਿੰਡ ਦਾ ਕੈਂਡੀਡੇਟ ਚੁਣਨ ਲਈ ਇਕੱਠੇ ਹੋਏ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਕਾਂਗਰਸ ਦੇ ਕੈਂਡੀਡੇਟ ਰਾਜਾ ਵੜਿੰਗ ਜੀ ਨੂੰ ਭੇਜਿਆ, ਮੈਂ ਉਹਨਾਂ ਦੀ ਧਰਮ ਪਤਨੀ ਹੈ, ਮੇਰਾ ਨਾਮ ਅੰਮ੍ਰਿਤਾ ਵੜਿੰਗ ਹੈ। ਤੁਸੀਂ ਵੋਟ ਪਾਉਣੀ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਣੀ ਹੈ ਉਹ ਬੰਦਾ ਕਿਹੋ ਜਿਹਾ ਹੈ। ਮੈਂ ਤੁਹਾਨੂੰ ਰਾਜਾ ਵੜਿੰਗ ਜੀ ਬਾਰੇ ਕੁਛ ਸ਼ਬਦਾਂ ਵਿੱਚ ਦੱਸਣਾ ਚਾਹੂੰਗੀ। ਰਾਜਾ ਇੱਕ ਆਮ ਇਨਸਾਨ ਹੈ, ਕਿਸਾਨ ਦੇ ਬੇਟੇ ਹੈ, ਕੋਈ MLA ਮੰਤਰੀ ਦੇ ਮੁੰਡੇ ਨਹੀਂ। ਬੜੀ ਜ਼ਿੰਦਗੀ 'ਚ ਮਿਹਨਤ ਕੀਤੀ ਹੈ, 6 ਸਾਲ ਦੀ ਉਮਰ 'ਚ ਉਹਨਾਂ ਨੇ ਆਪਦੇ ਮਾਂ ਬਾਪ ਗਵਾਲੇ ਸੀ। ਇਹ ਮਾਵਾਂ ਸਮਝ ਸਕਦੀਆਂ ਗੱਲ ਕਿ 6 ਸਾਲ ਦੀ ਉਮਰ ਦੇ ਬੱਚੇ ਦੇ ਜੇ ਮਾਂ ਬਾਪ ਗੁਜ਼ਰ ਜਾਣ ਤਾਂ ਬੱਚਾ ਕਿਵੇਂ ਪਲਦੇ। ਸਭ ਤੋਂ ਪਹਿਲੀ ਗੱਲ, ਸਾਰੀ ਉਮਰ ਜ਼ਿੰਦਗੀ ਦੇ ਵਿੱਚ ਤਕਲੀਫਾਂ ਮੁਸੀਬਤਾਂ ਵੇਖ ਵੇਖ ਕੇ ਵੱਡੇ ਹੋਏ ਹੈ। ਕੋਈ ਲੀਡਰ ਨਹੀਂ ਸੀ ਪੈਦਾ ਹੋਏ, ਪਰਿਵਾਰ ਦੇ ਵਿੱਚ ਕੋਈ ਲੀਡਰ ਨਹੀਂ, ਪਹਿਲੇ ਲੀਡਰ ਹੈ, ਪਰ ਕਦੀ ਲੀਡਰ ਬਣ ਕੇ ਨਹੀਂ ਰਹੇ, ਭਰਾ ਬਣ ਕੇ ਪੁੱਤ ਬਣ ਕੇ ਦੁਨੀਆਂ ਦੇ ਵਿੱਚ ਵਿਚਰਦੇ ਅਤੇ ਵਿਚਰਦੇ ਰਹਿਣਗੇ। ਅੱਜ ਤੋਂ 7.5 ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਗਿੱਦੜਵਾ ਤੋਂ। 47 ਸਾਲ ਉੱਥੋਂ ਬਾਦਲਾਂ ਨੇ ਰਾਜ ਕੀਤਾ ਸੀ ਤੇ ਬਾਦਲ ਇਹ ਕਹਿੰਦੇ ਸੀ ਕਿ ਇੱਥੇ ਕਾਂਗਰਸ ਦੀ ਚਿੜੀ ਨਹੀਂ ਪੱਕਦੀ। ਤੇ ਜਿਉਂ ਦੇਸ਼ ਆਜ਼ਾਦ ਹੋਇਆ ਸੀ ਕਦੀ ਕਾਂਗਰਸ ਦੀ ਉਹ ਸੀਟ ਨਹੀਂ ਸੀ ਜਿੱਤੀ। 7.5 ਸਾਲ ਪਹਿਲਾਂ ਪਹਿਲੀ ਵਾਰ ਉਹ ਸੀਟ ਰਾਜੇ ਵੜਿੰਗ ਨੇ ਕਾਂਗਰਸ ਦੀ ਝੋਲੀ ਪਾਈ। ਅਸੀਂ ਕੋਈ ਪੈਸਾ ਪੂਸਾ ਨਹੀਂ ਲਾਇਆ, ਪਰ ਜੋ ਵਾਅਦੇ ਕੀਤੇ ਉਹ ਤੂੰ 1.25 ਗੁਣਾ ਕਰਕੇ ਮੋੜ ਕੇ ਦਿੱਤੇ। ਦੂਜੀ ਵਾਰੀ ਫੇਰ ਹੁਣ 2.5 ਸਾਲ ਪਹਿਲਾਂ ਇਲੈਕਸ਼ਨ ਲੜੀ, ਫੇਰ ਜਿੱਤੇ। ਰਾਜਾ ਜੀ ਦਾ ਵੇਰਵੇ ਹੁਣ ਮੈਂ ਦੱਸੂਗੀ, ਮਗਰਲੇ 2.5 ਸਾਲਾਂ ਦੇ ਵਿੱਚ ਕੀ ਕੰਮ ਕੀਤੇ। ਗਿੱਦੜਵੇ ਦੇ ਵਿੱਚ ਕੋਈ ਹਸਪਤਾਲ ਨਹੀਂ ਸੀ, ਸਰਕਾਰੀ ਹਸਪਤਾਲ ਚੱਲਦਾ ਹੀ ਨਹੀਂ ਸੀ, ਕਬੂਤਰ ਬੋਲਿਆ ਕਰਦੇ ਸੀ ਉਹਨਾਂ ਹਸਪਤਾਲਾਂ 'ਚ। ਇਹ ਜਿੰਨੀਆਂ ਗੱਲਾਂ ਦੱਸਾਂ ਤੁਸੀਂ ਇਹਨਾਂ ਦੀ ਜਾ ਕੇ ਗਿੱਦੜਵਾ 2 ਦੀ ਨੇੜੇ ਹੀ ਪੜਤਾਲ ਕਰ ਸਕਦੇ ਹੋ। ਕਬੂਤਰ ਬੋਲਣ ਵਾਲੇ ਹਸਪਤਾਲਾਂ ਨੂੰ ਉਹਨਾਂ ਤੇ ਪੈਸਾ ਲਾਇਆ, ਮਿਹਨਤ ਕੀਤੀ, ਚੰਗੀ ਤੋਂ ਚੰਗੀ ਮਸ਼ੀਨ ਲਿਆਂਦੀ, ਡਾਕਟਰ ਲਿਆਂਦੇ। ਅੱਜ ਗਿੱਦੜਵੇ ਦਾ ਸਰਕਾਰੀ ਹਸਪਤਾਲ ਪੰਜਾਬ ਦਾ ਪਹਿਲੇ ਨੰਬਰ ਦਾ ਹਸਪਤਾਲ ਹੈ। ਸਰਕਾਰ ਨੇ ਉਹਨੂੰ
ਪਹਿਲੇ ਨੰਬਰ ਦਾ ਐਲਾਨ ਕਰਕੇ 15 ਲੱਖ ਰੁਪਇਆ ਇਨਾਮ ਦਿੱਤਾ। ਜਿੰਨੀਆਂ ਪਿੰਡਾਂ ਦੀਆਂ ਸੜਕਾਂ ਹੈ, ਜਿਹੜੀਆਂ ਸੜਕਾਂ ਇੱਥੋਂ ਦੇ ਪਿੰਡਾਂ 'ਚ ਹੈ ਨਾ, ਮਾਫ ਕਰਿਓ ਜੇ ਗੁੱਸਾ ਨਾ ਕਰਿਆ, ਜਿਹੜੀਆਂ ਸੜਕਾਂ ਤੁਹਾਡੇ ਪਿੰਡਾਂ 'ਚ ਹੈ, ਇਹਦੀ ਇੱਕ ਸੜਕ ਗਿੱਦੜਵੇ ਦੇ ਪਿੰਡਾਂ 'ਚ ਵਿਖਾ ਦਿਓ, ਇੱਕ ਚੱਕਰ ਮਾਰ ਕੇ ਹੋ ਜਾ ਕੇ ਸਾਰੇ ਦੇ ਸਾਰੇ ਪਿੰਡ ਲੋਕ ਟਾਈਲਾਂ ਨਾਲ ਵਿਛਾਤੇ ਮਗਰਲੇ 2.5 ਸਾਲਾਂ 'ਚ। ਜਿੰਨੇ ਸਕੂਲ ਹੈ ਗਿੱਦੜਵੇ ਦੇ ਪਿੰਡਾਂ 'ਚ, 47 ਪਿੰਡ ਹੈ, ਇੱਕ ਸ਼ਹਿਰ ਹੈ, ਇੱਕ ਇੱਕ ਸਕੂਲ 'ਤੇ ਪੈਸਾ ਲਾਇਆ ਸਕੂਲਾਂ ਨੂੰ। ਸਾਡੇ ਸਰਕਾਰੀ ਸਕੂਲ ਤੁਹਾਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹੈ, ਵੇਖਿਆ ਹੋ ਜਾ ਕੇ। 6 ਕਰੋੜ ਰੁਪਇਆ ਲਾ ਕੇ ਪਿੰਡਾਂ 'ਚ ਪਾਣੀ ਵਾਲੀਆਂ ਪਾਈਪਾਂ ਪਾਈਆਂ, ਪੁਲ ਲਿਆਂਦਾ 41 ਕਰੋੜ ਦਾ, 15 ਕਰੋੜ ਰੁਪਈਏ ਦੇ ਕਾਲਜ ਲਿਆਂਦਾ, 17 ਕਰੋੜ ਰੁਪਈਏ ਦਾ ਕਚਹਿਰੀਆਂ ਲਿਆਂਦੀਆਂ, ਕਚਹਿਰੀਆਂ ਸੀਗੀਆਂ ਉੱਥੇ, ਪਰ ਜੇ ਸ਼ਹਿਰ ਨੂੰ ਚਮਕਾਉਣਾ ਸੀ ਤੇ ਇੱਕ ਨੰਬਰ ਦਾ ਬਣਾਉਣਾ ਸੀ, ਆ ਸਾਰੀਆਂ ਚੀਜ਼ਾਂ ਦੀ ਲੋੜ ਸੀ, ਆ ਲਿਆਂਦੀਆਂ। ਇਹ ਮੈਂ 1 ਮਿੰਟ 'ਚ 150 ਕਰੋੜ ਦੀ ਰਕਮ ਗਿਣਾ ਰਹੀ ਹਾਂ ਤੁਹਾਨੂੰ, ਪਰ ਇਹ ਸਾਰੇ ਕੰਮ ਕੀਤੇ ਹੈ। ਇਹ ਤੋਂ ਇਲਾਵਾ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਗਿੱਦੜਵੇ ਰੁਕਣ ਲਾਤੀ, ਦਿੱਲੀ ਜਾਣ ਵਾਲੀ ਗੱਡੀ ਗਿੱਦੜਵੇ ਰੁਕਣ ਲਾਤੀ, ਗਿੱਦੜਵੇ ਰੇਲਵੇ ਪਲੇਟਫਾਰਮ ਦੀ ਬਹੁਤ ਲੋੜ ਸੀ ਉਹ ਬਣਾਤਾ, ਹੋਰ ਵੀ ਬੜੇ ਕੰਮ ਕੀਤੇ ਹੈ। ਇਹਨਾਂ ਸਾਰੇ ਸਰਕਾਰੀ ਕੰਮਾਂ ਤੋਂ ਪਾਸੇ ਅਸੀਂ ਇੱਕ ਸੰਸਥਾ ਚਲਾਉਣਾ ਹੈ, ਉਹਦਾ ਨਾਮ ਹੈ ਆਸਰਾ ਫਾਊਂਡੇਸ਼ਨ। ਉਸ ਸੰਸਥਾ ਦੇ ਵਿੱਚ ਕੋਈ ਗਰੀਬ ਆ ਜਾਏ ਜਿਹੜਾ ਆਪਦਾ ਇਲਾਜ ਆਪ ਨਹੀਂ ਕਰਾ ਸਕਦਾ, ਬਿਮਾਰੀ ਭਾਵੇਂ ਕੋਈ ਹੋਵੇ, ਭਾਵੇਂ ਜੋੜਾਂ ਦੀ ਹੋਵੇ, ਭਾਵੇਂ ਕੈਂਸਰ ਹੋਵੇ, ਭਾਵੇਂ ਅੱਖਾਂ ਬਣਾਉਣੀਆਂ ਹੋਣ, ਭਾਵੇਂ ਕੋਈ ਆਪਰੇਸ਼ਨ ਕਰਾਉਣਾ ਹੋਵੇ, ਹਰ ਗਰੀਬ ਦਾ ਇਲਾਜ ਅਸੀਂ ਆਪਦੀ ਸੰਸਥਾ ਦੇ ਵਿੱਚ 100% ਫ੍ਰੀ ਕਰਾਉਣੇ। ਉਹਦੇ ਵਿੱਚ ਸਰਕਾਰ ਦਾ ਕੋਈ ਮਤਲਬ ਨਹੀਂ, ਇਹ ਅਸੀਂ ਪਰਿਵਾਰਕ ਤੌਰ 'ਤੇ ਕਮਾਈ ਦਾ ਦਸਵੰਧ ਕੱਢਦੇ ਹਾਂ, ਪਰ ਦਸਵੰਧ ਨਾਲ ਪੂਰੇ ਨਹੀਂ ਆਇਆ ਜਾਂਦਾ। ਸੱਚਾਈ ਗੱਲ ਕਰੂੰਗੀ, ਕਈ ਵਾਰੀ ਪੈਸੇ ਤੁਹਾਡੇ ਵਰਗਿਆਂ ਤੋਂ, ਆਪਦੇ ਬਜ਼ੁਰਗਾਂ ਤੋਂ, ਭੈਣਾਂ ਤੋਂ, ਇੱਧਰੋਂ ਉੱਧਰੋਂ ਮੰਗ ਤੰਗ ਕੇ, ਪਰ ਇਲਾਜ ਹਰੇਕ ਦਾ ਕਰਾਈਦਾ। ਇਹ ਇੱਕ ਨਿੱਕਾ ਜਿਹਾ ਵੇਰਵਾ ਸੀ ਰਾਜਾ ਜੀ ਦਾ। ਹੁਣ ਗੱਲ ਕਰਦੇ ਹਾਂ ਅੱਜ ਦੀ ਇਲੈਕਸ਼ਨ ਦੀ। ਇਲੈਕਸ਼ਨ ਹੋਣ ਜਾ ਰਿਹਾ ਬਾਦਲਾਂ ਨਾਲ, ਜਦੋਂ ਪਹਿਲਾਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਬਾਦਲਾਂ ਨਾਲ ਸੀ, ਅੱਜ ਲੜਨ ਜਾ ਰਹੇ, ਅੱਜ ਵੀ ਬਾਦਲਾਂ ਨਾਲ ਲੜਨ ਜਾ ਰਹੇ ਹੈ। ਪਹਿਲਾ ਇਲੈਕਸ਼ਨ ਵੀ ਆਪਦੀਆਂ ਮਾਵਾਂ ਦੇ ਸਿਰ ਤੇ, ਬਜ਼ੁਰਗਾਂ ਦੇ ਸਿਰ ਤੇ, ਭੈਣਾਂ ਦੇ ਭਰਾਵਾਂ ਦੇ ਸਿਰ ਤੇ ਲੜਿਆ ਸੀ, ਤੇ ਅੱਜ ਵੀ ਬਾਦਲਾਂ ਨਾਲ ਲੜਾਈ ਤੁਸੀਂ ਲੜਨੀ ਹੈ। ਅਸੀਂ ਲੜਨ ਜੋਗੇ ਨਹੀਂ ਗੇ, ਨਾ ਅਸੀਂ ਕਿਸੇ ਦਾ ਰੁਪਈਆ ਖਾਣਾ, ਨਾ ਖਾਧਾ, ਨਾ ਖਾਣ ਦੇਣਾ। ਸਿੱਧੀ ਜੀ ਗੱਲ ਹੈ, ਸਪਸ਼ਟ ਜਿਹੀਆਂ ਗੱਲਾਂ। ਪਹਿਲਾਂ ਵੀ 2 ਇਲੈਕਸ਼ਨ ਲੜੇ ਹੈ, ਅੱਜ ਵੀ ਲੜ ਰਹੇ ਹੈ, ਤੁਹਾਡੇ ਸਾਰਿਆਂ ਦਾ ਸਾਥ ਰਿਹਾ, ਜ਼ਿੰਦਗੀ ਭਰ ਇਲੈਕਸ਼ਨ ਲੜਾਂਗੇ, ਪਰ ਬਾਦਲ ਨਹੀਂ ਬਣਨਾ। ਇੱਕ ਇਹਦੀ ਮਿਸਾਲ ਕਾਇਮ ਕਰਨੀ ਹੈ, ਜਿਹੋ ਜਿਹੀ ਗਿੱਦੜ ਵਿੱਚ ਕੀਤੀ ਹੈ ਕਿ ਬਾਈ ਕੰਮ ਕੀਤਾ। ਜਦੋਂ ਪਹਿਲੀ ਵਾਰੀ ਰਾਜਾ ਜੀ MLA ਬਣੇ, ਉੱਥੋਂ ਝੂਠੇ ਪਰਚਿਆਂ ਦਾ ਰਿਵਾਜ ਬਹੁਤ ਸੀ। ਯਕੀਨ ਮੰਨਿਆ ਜੇ ਕਿ ਜਦੋਂ ਡੋਰ ਟੂ ਡੋਰ ਵੋਟਾਂ ਘਰ ਘਰ ਮੰਗਣ ਚਾਹੀਦੀਆਂ ਹੈ, ਤਾਂ ਕਾਂਗਰਸ ਹੀ ਮੇਰੇ ਨਾਲ ਪਹਿਲੀ ਇਲੈਕਸ਼ਨ 'ਚ ਤੁਰਦੇ ਨਹੀਂ ਸੀ। ਬੀਬੀਆਂ ਕਹਿੰਦੀਆਂ ਸੀ ਕਿ ਜੇ ਤੁਹਾਡੇ ਨਾਲ ਚਲੇ ਗਏ ਤਾਂ ਆਉਂਦੇ ਨੂੰ ਸਾਡੇ ਘਰ ਵਾਲਿਆਂ ਦੇ ਪਰਚਾ ਹੋ ਜੂਗਾ। ਗਿੱਦੜਵੇ ਵਾਲਿਆਂ ਨਾਲ ਵਾਅਦਾ ਕੀਤਾ ਸੀ ਇਹ ਕਿ ਜੇ ਝੂਠੇ ਪਰਚੇ ਗਿੱਦੜਵੇ 'ਚੋਂ ਮਕਾਨ ਆ ਗਿਆ ਤਾਂ ਦੂਜੀ ਵਾਰੀ ਵੋਟ ਮੰਗਣ ਨਹੀਂ ਆਉਂਦੇ। ਤੇ ਸਵਾਲ ਤੇ ਉੱਥੋਂ ਦੇ ਅਕਾਲੀ ਜਾ ਪੇ ਕਿਉਂ ਇੱਥੇ
ਕਹਿਣੀ ਹੈ ਕਿਉਂਕਿ ਸੱਚ ਦਾ ਪੱਲਾ ਫੜਿਆ ਹੋਇਆ, ਕੰਮ ਦਾ ਪੱਲਾ ਫੜਿਆ ਹੋਇਆ, ਮਿਹਨਤ ਦਾ ਪੱਲਾ ਫੜਿਆ। ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਹੈ ਕਿ ਜਿੰਨੇ ਝੂਠੇ ਪਰਚੀਆਂ ਦੇ ਰਿਵਾਜ ਗਿੱਦੜ ਵਿੱਚ ਮਕਾਏ ਹੈ ਨਾ, ਇੱਥੇ ਵੀ ਮਕਾਵਾਂਗੇ। ਝੂਠ ਨਹੀਂ ਚੱਲਣ ਦੇਣਾ, ਬੰਦੇ ਬਣ ਕੇ ਸਾਰੇ ਰਹੋ, ਕੋਈ ਕਿਸੇ ਦਾ ਧੱਕਾ ਨਹੀਂ ਕਰ ਸਕਦਾ। ਜਿਹੜੀ ਇਹ ਜ਼ੋਰ ਜ਼ਬਰਦਸਤੀ, ਤਾਨਾਸ਼ਾਹੀ, ਡਰਾਵੇ, ਉਹ ਨਹੀਂ ਚੱਲਣ ਦੇਣਾ। ਪਰ ਪਤਾ ਕਿਹਦੇ ਸਿਰ ਤੇ? ਤੁਹਾਡੇ ਸਿਰ ਤੇ। ਅਸੀਂ ਕੋਈ ਰੁਪਈਏ ਰੁਪਈਏ ਨਹੀਂ ਇਕੱਠੇ ਕਰਨ ਦੀ ਲੋੜ ਨਹੀਂ, ਜਿੰਨਾ ਕਿ ਰੱਬ ਨੇ ਦਿੱਤਾ ਹੈ। ਰੋਟੀ ਪਾਣੀ ਜੋਗਾ, ਖਾਣ ਪੀਣ ਜੋਗਾ ਮੁੱਕਦਾ ਨਹੀਂ। ਮੇਰੇ ਕਰਮਾਂ ਦਾ, ਰਾਜਾ ਜੀ ਦੇ ਕਰਮਾਂ ਦਾ ਵਾਧੂ ਹੈ, ਮੇਰੇ ਬੱਚਿਆਂ ਦੇ ਕਰਮਾਂ ਦਾ ਮਿਲ ਜੂਗਾ। ਨਾ ਤਾਂ ਨਾਲ ਲੈ ਕੇ ਜਾਣੇ, ਨਾ ਲੈ ਕੇ ਆਏ ਸੀ। ਜੇ ਕਿਤੇ ਬਾਦਲ, ਬੀਬੀ ਬਾਦਲ ਮੈਨੂੰ ਟੱਕਰ ਜੇ ਨਾ, ਤਾਂ ਇੱਕ ਗੱਲ ਜ਼ਰੂਰ ਪੁੱਛੂਗੀ, ਬੀਬਾ ਮੈਨੂੰ ਇਹ ਦੱਸ ਦੇ ਕਿ ਲੋਕਾਂ ਦੀਆਂ ਪੈਨਸ਼ਨਾਂ ਤੱਕ ਨਹੀਂ ਪਹੁੰਚਣ ਦਿੱਤੀਆਂ, ਸੜਕਾਂ ਤੁਸੀਂ ਨਹੀਂ ਬਣਨ ਦਿੱਤੀਆਂ। ਲੋਕੀ ਪੀਣ ਵਾਲੇ ਪਾਣੀ ਨੂੰ ਰੋਈ ਜਾਂਦੇ ਆ, ਪਿੰਡਾਂ 'ਚ ਸੜਕਾਂ ਨੂੰ ਰੋਈ ਜਾਂਦੇ ਆ, ਸਕੂਲਾਂ ਨੂੰ ਰੋਈ ਜਾਂਦੇ ਆ। ਬਿਮਾਰ ਡਿਸਪੈਂਸਰੀਆਂ ਹੈ ਨਹੀਂ, ਦਵਾਈ ਨਹੀਂ ਮਿਲਦੀ। ਬੀਬਾ ਇੰਨਾ ਪੈਸਾ ਇਕੱਠਾ ਕਰਕੇ ਕੋਈ ਰੱਬ ਨਾਲ ਕੰਟਰੈਕਟ ਤਾਂ ਨਹੀਂ ਹੋ ਗਿਆ ਤੇਰਾ? ਹੋ ਸਕਦਾ ਹੋ ਗਿਆ ਹੋਵੇ, ਕਿਤੇ ਨਾਲ ਤਾਂ ਨਹੀਂ ਲੈ ਕੇ ਜਾਣਾ? ਇੰਨਾ ਪੈਸੇ ਦੀ ਲੋੜ ਨਹੀਂ, ਇਹ ਦਿਮਾਗ ਨੂੰ ਸਮਝਾਉਣ ਦੀ ਲੋੜ ਹੈ ਕਿ ਇੰਨੇ ਪੈਸੇ ਦੀ ਲੋੜ ਹੀ ਨਹੀਂ ਬੰਦੇ ਨੂੰ। ਅੱਜ ਕੱਲ੍ਹ ਤਾਂ ਬੰਦਾ ਜਿਹੜਾ ਦੋ ਰੋਟੀਆਂ ਖਾਂਦਾ ਨਾ, ਉਹਨੂੰ ਡਾਕਟਰ 50 ਸਾਲ ਦੀ ਉਮਰ 'ਚ ਕਹਿ ਦਿੰਦਾ, ਬਾਬਾ ਇੱਕ ਹੀ ਖਾਇਆ ਕਰ, ਤੈਨੂੰ ਬਲੱਡ ਪ੍ਰੈਸ਼ਰ ਹੋ ਗਿਆ। ਜਦੋਂ ਰੋਟੀ ਇੱਕ ਖਾਣੀ ਹੈ ਤੇ ਢੇਰ ਲਾ ਕੇ ਨੋਟਾਂ ਦੇ ਕੀ ਕਰਨੇ ਆ? ਬੱਚੇ ਨਿਕੰਮੇ ਹੋ ਜਾਣਗੇ, ਇੰਨਾ ਪੈਸਾ ਇਕੱਠਾ ਕਰਕੇ ਦੇ ਦਿਆਂਗੇ, ਉਹਨਾਂ ਨੇ ਕੰਮ ਹੀ ਨਹੀਂ ਕਰਨਾ, ਦਿਮਾਗ ਚੱਲਣਾ ਬੰਦ ਕਰ ਜੂ ਉਹਨਾਂ ਦਾ। ਮੇਰੀ ਤਾਂ ਇਹ ਸੋਚ ਹੈ, ਮੈਨੂੰ ਨਹੀਂ ਪਤਾ ਦੂਜਿਆਂ ਬਾਰੇ। ਵਾਲੇ ਨੋਟਾਂ ਦੀ ਲੋੜ ਨਹੀਂ, ਨਾ ਵਾਲੇ ਪੈਸਿਆਂ ਦੀ ਲੋੜ ਹੈ। ਤੁਸੀਂ ਸਾਰਿਆਂ ਨੇ ਬੜਾ ਮਾਣ ਬਖਸ਼ਿਆ, ਇਸ ਕਾਬਲ ਬਣਾਇਆ, ਦੋ ਵਾਰੀ ਉੱਥੋਂ ਜਿਤਾਇਆ। ਇਹ ਇਲੈਕਸ਼ਨ ਤੁਹਾਡਾ ਸਾਡਾ ਨਹੀਂ ਗਾ। ਜੇ ਮੈਂ 10 ਸਾਲ ਬਾਦਲਾਂ ਦੀ ਗੱਲ ਕਰਾਂ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ, ਪਰ ਫਿਰ ਵੀ ਤੁਸੀਂ ਸਾਰਿਆਂ ਨੇ ਬੀਬੀ ਬਾਦਲ ਨੂੰ ਵੋਟਾਂ ਪਾਈਆਂ। ਤੁਹਾਡੇ ਪਿੰਡ ਨੂੰ ਬੀਬਾ ਜੀ ਨੇ ਕੀ ਦਿੱਤਾ? ਮੈਂ ਕੋਈ ਇੱਕ ਜਣਾ ਮੈਨੂੰ ਉੱਠ ਕੇ ਦੱਸ ਸਕਦਾ? ਹੋ ਸਕਦਾ ਕੁਛ ਦਿੱਤਾ ਹੋਵੇ, ਮੈਂ ਤਾਂ ਪਹਿਲੀ ਵਾਰੀ ਆਈ ਹਾਂ। ਸਾਡੀ ਧਰਮਸ਼ਾਲਾ ਦਾ ਹਾਲ ਵੇਖੋ, ਤੇ ਜੇ ਮੈਂ ਬਾਦਲਾਂ ਦੇ ਮਹਿਲ ਗਿਰਨ ਲੱਗ ਪਾਣਾ ਤੇ ਲਿਸਟ ਛੋਟੀ ਪੈ ਜਾਊਗੀ। ਜਿਹੜੇ ਸ਼ਹਿਰ ਚ ਵੜਜੋ ਕਹਿੰਦੇ ਜੀ ਬਾਦਲਾਂ ਦਾ ਆਫਿਸ ਹੈ, ਜਿਹੜੇ ਸ਼ਹਿਰ ਚ ਵੜਜੋ ਕਹਿੰਦੇ ਜੀ ਬਾਦਲਾਂ ਦਾ ਬਾਗ ਹੈ, ਜਿਹੜੇ ਦੇਸ਼ ਚ ਚਲੇ ਜਾਓ ਆਪਣਾ ਦੇਸ਼ ਛੱਡ ਦਿਓ। ਮੇਰੇ ਕੋਲ 3 ਕੁ ਦਿਨ ਹੋ ਗਏ, ਕੋਈ ਨਿਊਜ਼ੀਲੈਂਡ ਤੋਂ ਬੰਦਾ ਆਇਆ, ਉਹ ਕਹਿੰਦਾ ਜੀ ਨਿਊਜ਼ੀਲੈਂਡ 'ਚ 4 ਮੰਜ਼ਿਲਾ ਪਾਰਕਿੰਗ ਲੋਟ ਹੈ, ਤੇ ਕਹਿੰਦੇ ਉਹਦਾ ਇੰਨਾ ਕਿਰਾਇਆ ਹੈ ਕਿ ਰੋਜ਼ ਢੇਰ ਲੱਗਦਾ ਨੋਟਾਂ ਦਾ। ਮਤਲਬ ਜਿਹਨਾਂ ਨੇ ਤੁਹਾਨੂੰ ਬਣਾਇਆ, ਇੱਥੇ ਇੱਕ ਮਾਵਾਂ ਦੀ ਗੱਲ ਕਰਦੀ ਹੈ, ਜਦੋਂ ਕਿਸੇ ਭੈਣ ਦੇ ਪੁੱਤ ਨੂੰ ਘਰੇ ਆ ਕੇ ਕੋਈ ਬੀਬੀ ਸ਼ਗਨ ਦੇ ਜਾਂਦੀ ਹੈ ਨਾ 200 ਰੁਪਈਆ, ਤਾਂ ਮਾਂ ਦਾ ਜੀ ਬੜਾ ਰਾਜ਼ੀ ਹੁੰਦਾ, ਤੇ ਜਾਣ ਲੱਗੀ ਨੂੰ ਉਹਦਾ ਜੀ ਕਰਦਾ ਕਿ ਇਹਨੂੰ ਮੁੜਦੀ ਨੂੰ, ਜਿਹਨੇ ਮੇਰੇ ਪੁੱਤ ਨੂੰ 200 ਦਿੱਤਾ, ਇਹਨੂੰ ਜਾਂਦੀ ਨੇ ਕੁਛ ਨਹੀਂ ਤਾਂ ਦੇ ਹੀ ਦਿਆਂ ਬੇਚਾਰੀ, ਜੇ ਮੇਰੇ ਪੁੱਤ ਦਾ ਮਾਨ ਰੱਖਿਆ ਹੁੰਦਾ ਕਿ ਨਹੀਂ ਹੁੰਦਾ। ਇੱਥੇ ਬੀਬਾ ਜੀ ਵੋਟਾਂ ਦੇ ਢੇਰ, ਇੱਕ ਇੱਕ ਬੰਦੇ ਦੀ ਵੋਟ,
ਇੱਕ ਇੱਕ ਬੰਦੇ ਦੇ ਹਿੱਸੇ ਦਾ ਪੈਸਾ ਇਕੱਠਾ ਕਰਕੇ ਘਰੇ ਲੈ ਗਏ ਤੇ ਜਕਾਤ ਵੀ ਨਹੀਂ ਮੰਗਿਆ, ਕਮਾਲ ਹੀ ਕਰਦੇ। ਜੇ ਦਸਾਂ ਦੇ ਬਾਦਲਾਂ ਦੇ ਰਾਜ ਨੂੰ ਵੇਖਾਂ, ਜਿੱਥੇ ਇੱਕ ਪਾਸੇ ਨਸ਼ਿਆਂ ਦੇ ਲਾਤੇ ਨੌਜਵਾਨ, ਜਿੱਥੇ ਕਿਸਾਨੀ ਰੋਲਤੀ ਸਾਡੇ ਦੇਸ਼ ਦੀ, ਜਿੱਥੇ ਕਿਸਾਨ ਫਾਹੇ ਲੈ ਲੈ ਕੇ ਮਰੀ ਗਏ, ਪੰਜ ਵਾਰੀ ਮੁੱਖ ਮੰਤਰੀ ਰਹੇ ਬਾਦਲ ਸਾਹਿਬ ਤੇ 10 ਸਾਲਾਂ ਤੋਂ ਬੀਬਾ ਬਾਦਲ ਇੱਥੇ MP ਹੈ। ਜਿਵੇਂ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖਦੇ ਆ ਨਾ ਕਿ ਕੋਈ ਤਰੱਕੀ ਨਹੀਂ ਕੀਤੀ, ਨੋਟ ਇਕੱਠੇ ਕਰ ਲਏ, ਨਸ਼ੇ ਵਾੜਤੇ, ਇਹਨਾਂ ਨੂੰ ਮੈਂ ਇਹ ਸੋਚਾਂ ਕਿ ਪੰਜਾਬ ਤੇ ਮਾੜਾ ਸਮਾਂ ਆਇਆ ਸੀ ਤੇ ਗਲਤੀ ਹੋ ਗਈ ਲੋਕਾਂ ਤੋਂ, ਮਾੜਾ ਬੰਦਾ ਚੁਣ ਲਿਆ। ਇੱਕ ਗੱਲ ਹੈ ਜਿਹੜੀ ਭੁੱਲੀ ਨਹੀਂ ਜਾਂਦੀ, ਆਹ ਸਾਰਾ ਕੁਛ ਭੁੱਲ ਕੇ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਚਾਹੀਦਾ, ਬੀਮਾ ਬਾਦਲ ਤੋਂ ਚਾਹੀਦਾ, ਬਾਦਲ ਪਰਿਵਾਰ ਤੋਂ ਚਾਹੀਦਾ ਕਿ ਅਸੀਂ ਤੁਹਾਡੀਆਂ ਸਾਰੀਆਂ ਕੁਰੀਤੀਆਂ ਨੂੰ ਮਾਫ਼ ਕਰਦੇ ਹਾਂ, ਅੱਖਾਂ ਬੰਦ ਕੀਤੀਆਂ ਸੀ, ਭੁੱਲ ਗਏ, ਅਸੀਂ ਦੁਬਾਰੇ ਮਿਹਨਤ ਕਰਾਂਗੇ, ਪੰਜਾਬੀ ਜੁਝਾਰੂ ਹੁੰਦੇ ਹੈ, ਅਸੀਂ ਮਿਹਨਤ ਕਰਕੇ ਫਿਰ ਪੰਜਾਬ ਖੜਾ ਕਰ ਲਾਂਗੇ। ਪਰ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ, ਸਾਡੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡਾ ਕੀ ਵਿਖਾੜਿਆ ਸੀ, ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ। ਸਾਡੇ ਗੁਰੂ ਸਾਹਿਬ ਨਾਲ ਇੱਕ ਵਾਰ ਨਹੀਂ, 20 ਵਾਰ ਨਹੀਂ, 50 ਵਾਰ ਨਹੀਂ, ਅਨੇਕਾਂ ਵਾਰ ਬੇਅਦਬੀ ਹੋਈ। ਤੁਸੀਂ ਕਿੱਥੇ ਸੁੱਤੇ ਪਏ ਸੀ, ਤੁਸੀਂ ਕਿੱਥੇ ਚਲੇ ਗਏ ਸੀ? ਸਾਡੇ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਖਿਲਾਰੇ ਗਏ, ਬਾਦਲਾਂ ਨੇ ਮੈਨੂੰ ਲੱਗਦਾ 40 ਸਾਲ 50 ਸਾਲ ਵੋਟਾਂ ਮੰਗੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਸਾਡੇ ਗੁਰੂ ਦੇ ਨਾਂ ਤੇ ਵੋਟਾਂ ਮੰਗੀਆਂ ਨਾ, ਸਾਡੇ ਗੁਰੂ ਦੇ ਨਾਂ ਤੇ ਜਿੱਤਦੇ ਰਹੇ, ਤੇ ਜਦੋਂ ਵੋਟਾਂ ਪਿੱਛੇ ਗੁਰੂ ਨੂੰ ਆਹ ਕੁਛ ਕਰਨਾ ਪੈ ਗਿਆ, ਉਹਨੇ ਸੰਕੋਚ ਨਹੀਂ ਕੀਤਾ। ਇਤੋਂ ਮਾੜੀ ਗੱਲ ਹੋਰ ਕੀ ਹੋ ਗਈ, ਮੈਨੂੰ ਤਾਂ ਇਹਦਾ ਜਵਾਬ ਚਾਹੀਦਾ। ਮੈਨੂੰ ਹੋਰ ਮਾੜਾ ਕੀਤਾ, ਤਰੱਕੀ ਨਹੀਂ ਕੀਤੀ, ਖਾ ਗਏ, ਲੁੱਟ ਕੇ ਲੈ ਗਏ। ਕਹਿੰਦੇ ਨਾ ਮੁਹੰਮਦ ਗਜਨੀ ਲੁੱਟ ਕੇ ਗਿਆ ਸੀ ਸਾਡੇ ਦੇਸ਼ ਨੂੰ, ਕਹਿੰਦੇ ਆ ਨਾ, ਹੋਰ ਅਨੇਕਾਂ ਲੋਕਾਂ ਦੇ ਨਾਂ ਲੈਂਦੇ। ਮੈਂ ਕਿਹਾ ਭਾਈ ਅਸੀਂ ਤਾਂ ਗਜਨੀ ਵੇਖਿਆ ਨਹੀਂ, ਅਸੀਂ ਤਾਂ ਬਾਦਲ ਵੇਖੇ, ਇਹਨਾਂ ਦਾ ਗਜਨੀ ਕਿਹੜਾ ਹੋਊਗਾ? ਖਾ ਗਏ, ਨਸ਼ੇ ਤੇ ਲਾ ਗਏ, ਸਾਡੇ ਗੁਰੂ ਸਾਹਿਬ ਨੂੰ ਤੰਗਾ, ਇਹਦਾ ਜਵਾਬ ਚਾਹੀਦਾ। ਹੋਰ ਮੈਨੂੰ ਕੱਖ ਨਹੀਂ ਚਾਹੀਦਾ। ਬਰਗਾੜੀ ਵਾਲੇ ਕਾਂਡ ਦੇ ਵਿੱਚ ਨੌਜਵਾਨ ਸ਼ਹੀਦ ਹੋ ਗਏ, ਇਹਨਾਂ ਦੇ ਪਰਿਵਾਰ ਦਾ ਇੱਕ ਜੀ ਅਫਸੋਸ ਕਰਨ ਲਈ ਉਹਨਾਂ ਪਰਿਵਾਰਾਂ ਨਾਲ ਨਹੀਂ ਗਿਆ, ਤੇ ਅੱਜ ਉਹਦੀ ਉਸ ਕਾਂਡ ਦੀ ਜਾਂਚ ਹੋ ਰਹੀ ਹੈ, ਬਰਗਾੜੀ ਵਾਲੇ ਕਾਂਡ ਦੀ ਅੱਜ ਜਾਂਚ ਕਰਾ ਰਹੀ ਹੈ ਕਾਂਗਰਸ ਸਰਕਾਰ। ਬਾਦਲ ਸਾਹਿਬ ਦਾ ਬਿਆਨ ਆਇਆ ਕੁਝ ਦਿਨ ਪਹਿਲਾਂ, ਜਿਹੜਾ ਅਫਸਰ ਉਹਦੀ ਜਾਂਚ ਕਰ ਰਿਹਾ ਹੈ ਉਹਨੇ ਬਾਦਲਾਂ ਦਾ ਨਾਂ, ਅਕਾਲੀ ਲੀਡਰਾਂ ਦਾ ਨਾਂ, ਸਾਰਿਆਂ ਦਾ ਨਾਂ ਲਿਆ ਕਿ ਇਹਨਾਂ ਨੇ ਕਾਂਡ ਕਰਾਇਆ। ਬਾਦਲ ਸਾਹਿਬ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਹੈ ਕਿ ਜਿਹੜਾ ਉਹ ਅਫਸਰ ਹੈ ਉਹਨੂੰ ਬਦਲਿਆ ਜਾਵੇ। ਮੈਂ ਬਾਦਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹੈ ਕਿ ਸਾਡੇ ਗੁਰੂ ਦੇ ਨਾਂ ਤੇ ਵੋਟਾਂ ਮੰਗ ਮੰਗ ਕੇ 5 ਵਾਰੀ ਮੁੱਖ ਮੰਤਰੀ ਬਣੇ ਹੋ, ਆ ਜਿਹੜਾ ਬਾਦਲ ਸਾਹਿਬ ਵੱਡਾ ਵੱਡਾ ਲਿਖਿਆ ਜਾਂਦਾ ਹੈ ਨਾ, ਇਹ ਸਾਡੇ ਗੁਰੂ ਸਾਹਿਬ ਕਰਕੇ ਲਿਖਿਆ ਜਾਂਦਾ ਹੈ, ਤੁਹਾਨੂੰ ਕਾਹਦੀ, ਤੁਹਾਨੂੰ ਕੀ ਤਕਲੀਫ ਹੈ ਉਸ ਅਫਸਰ ਨਾਲ? ਗੱਲ ਇਹ ਹੈ ਕਿ ਉਹ ਅਫਸਰ ਇਹਨਾਂ ਸਾਰਿਆਂ ਦੇ ਨਾਂ ਲੈਂਦਾ ਹੈ, ਜੇ ਉਹ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਇਹ ਸਾਰੇ ਅੰਦਰ ਜਾਣਗੇ, ਤੇ ਜੇ ਤੁਹਾਡੇ ਬੰਦਿਆਂ ਨੇ ਮਾੜਾ ਕੰਮ ਕੀਤਾ ਤਾਂ ਭੁਗਤੋ, ਡਰ ਕਾਹਦਾ ਹੈ? ਮੈਨੂੰ ਸਿਰਫ ਇੱਕ
ਗੱਲ ਤੇ ਤਸੱਲੀ ਨਹੀਂ ਆਉਂਦੀ, ਬਾਕੀ ਅੱਖਾਂ ਬੰਦ ਕਰ ਸਕਦੇ ਆ। ਬੀਬਾ ਨੇ ਕੱਖ ਨਹੀਂ ਕੀਤਾ। ਮੈਂ ਇੱਕ ਪਿੰਡ ਚ ਗਈ ਕੁਝ ਦਿਨ ਪਹਿਲਾਂ, ਤਾਂ ਬੀਬੀਆਂ ਬੈਠੀਆਂ ਸੀ ਅੱਗੇ ਤੇ ਆਪਸ ਚ ਬੀਬੀਆਂ ਇੱਕ ਦੂਜੇ ਨੂੰ ਕਹੀ ਜਾਣ, ਮਗਰ ਹੋ ਜਾ ਮਗਰ ਹੋ ਜਾ। ਮੈਂ ਕਿਹਾ ਐਂ ਨਾ ਕਰੋ, ਆਰਾਮ ਨਾਲ ਬੈਠੋ। ਕਹਿੰਦੇ ਜੀ ਮੇਰੇ ਤੁਹਾਡੇ ਬੰਦੇ ਧੱਕੇ ਮਾਰਨਗੇ। ਮੈਂ ਕਿਹਾ ਤੁਹਾਨੂੰ ਜੀ ਕੋਈ ਧੱਕੇ ਨਹੀਂ ਮਾਰਦਾ, ਮੈਂ ਤੁਹਾਡੇ ਵਿੱਚ ਖੜੀ ਹਾਂ। ਤੇ ਉਹ ਇੱਕ ਦੂਜੇ ਵੱਲ ਝਾਕਣ ਲੱਗ ਪਈ ਆ, ਕੀ ਕਹਿੰਦੇ ਆ। ਮੈਂ ਕਿਹਾ ਵੀ ਇੱਥੇ ਕੋਈ ਧੱਕੇ ਨਹੀਂ ਮਾਰਦਾ। ਕਹਿੰਦੇ ਜੀ ਜਦੋਂ ਬੀਬਾ ਬਾਦਲ ਆ ਰਹੀ ਹੈ, ਮੈਨੂੰ ਨੀ ਪਤਾ ਤੁਹਾਡਾ ਉਹਨਾਂ ਨਾਲ ਕਿਵੇਂ ਰਿਹਾ। ਕਹਿੰਦੇ ਉਹਨਾਂ ਦਾ 200 ਬੰਦਾ ਹੁੰਦਾ ਤਾਂ ਜਿਮਾ ਬੁਲਾਉਣ ਲੱਗ ਪੈਂਦੇ, ਸਾਨੂੰ ਨੇੜੇ ਨਹੀਂ ਲੱਗਣ ਦਿੰਦੇ। ਕਹਿੰਦੇ ਸਾਡੀਆਂ ਵੋਟਾਂ ਮਿਲੇ ਤਾਂ ਬੀਬਾ ਨੂੰ ਅਸੀਂ ਬੜੇ ਚੰਗੇ ਲੱਗਦੇ ਹਾਂ, ਪਰ ਜਦੋਂ ਬੀਬਾ ਪਿੰਡ ਚ ਉਂਝ ਆਉਂਦੇ ਆ ਨਾ, ਤੇ ਕਹਿੰਦੇ ਸਾਨੂੰ ਉਹਨਾਂ ਦੇ ਗਨਮੈਨ ਤੇ ਹੋਰ ਜਿਹੜਾ 200 ਨਾਲ ਬੰਦਾ ਲਈ ਆਉਂਦੇ, ਕਹਿੰਦੇ ਸਾਨੂੰ ਧੱਕੇ ਮਾਰਦਾ। ਕਹਿੰਦੇ ਬੀਬਾ ਸਾਨੂੰ ਨੇੜੇ ਨਹੀਂ ਆਉਣ ਦਿੰਦੀ ਆਪਦੇ। ਤੇ ਇੱਕ ਬੀਬੀ ਮੈਨੂੰ ਉੱਠ ਕੇ ਕਹਿੰਦੀ, ਕਹਿੰਦੀ ਜੀ ਤੁਹਾਨੂੰ ਜੰਪੀ ਪਾ ਲਾ। ਮੈਂ ਕਿਹਾ ਕਮਾਲ ਹੋ ਗਈ, ਤੇਰੇ ਵਰਗੀ ਮੈਂ 100 ਹੀ ਪਾ। ਕਹਿੰਦੇ ਜੀ ਸੁਪਨੇ ਜੀ ਵਰਗੀ ਗੱਲ ਹੈ, ਬੀਬੀ ਬਾਦਲ ਦੇ ਨੇੜੇ ਹੋਣਾ ਤੇ ਕਹਿੰਦੇ ਅਸੀਂ ਆਪ ਵੀ ਡਰਦੇ। ਕਿਤੇ ਸਾਨੂੰ ਮਤਲਬ ਇਸ ਤਰ੍ਹਾਂ ਦੇ ਹੀ ਤੁਹਾਡੇ ਵਿੱਚੋਂ ਹੈ, ਤੁਹਾਡੇ ਵਰਗੇ ਹੈ, ਨਾ ਬਾਦਲ ਹੈਗੇ ਹੈ ਨਾ ਬੰਨਾ। ਕੱਲ ਮੈਨੂੰ ਇੱਕ ਅਖਬਾਰ 'ਚ ਖਬਰ ਲੱਗੀ ਹੈ, ਕੱਲ ਬੀਬਾ ਜੀ ਨੇ ਆਪਦੇ ਕਾਗਜ਼ ਤੇ ਪਤਾ ਹੋਣਾ ਤੁਹਾਨੂੰ, ਬੀਬਾ ਬਾਦਲ ਨੇ ਇੱਕ ਅਖਬਾਰ 'ਚ ਖਬਰ ਲੱਗੀ ਹੈ ਕਿ ਜਿਹੜੀਆਂ ਗੱਡੀਆਂ ਉਹਨਾਂ ਦੇ ਕਾਗਜ਼ ਭਰਾਉਣ ਆਈਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਸਾ ਰਿਲੀਜ਼ ਕੀਤਾ ਉਹ ਤੇਲ ਪਾਣੀ ਵਾਸਤੇ, ਤੇ ਗੱਡੀਆਂ ਦਿੱਲੀਓਂ ਆਈਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀਆਂ, ਉਹਨਾਂ ਦੇ ਕਾਗਜ਼ ਭਰਾਉਣ ਲਈ ਅਖਬਾਰ 'ਚ ਖਬਰ ਲੱਗੀ ਗਈ। ਮਤਲਬ ਬੀਬਾ ਨੂੰ ਗੁਰਦੁਆਰਿਆਂ ਤੋਂ ਬਣਾ ਹੋਰ ਕੁਛ ਵੇਖਦਾ ਹੀ ਨਹੀਂ, ਲੁੱਟ ਕੇ ਖਾ ਗਏ ਸਾਰੇ ਗੁਰਦੁਆਰਿਆਂ ਦਾ ਜੋ ਚੜਾਵਾ ਚੜ੍ਹਦਾ ਹੈ, ਇਹ ਇਲੈਕਸ਼ਨ ਉਸੇ ਨਾਲ ਲੜਦੇ ਹੈ। ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਨੂੰ ਖਾਂਦੇ ਸੀ, ਹੁਣ ਦਿੱਲੀ ਦੇ ਗੁਰਦੁਆਰਿਆਂ ਨੂੰ ਪੈ ਗਏ। ਉਹ ਬਖਸ਼ ਦਿਓ, ਰੱਬ ਨੂੰ ਜਾਨ ਦੇਣੀ ਹੈ, ਨਾ ਕੁਛ ਨਹੀਂ ਲੈਣਾ, ਇੱਕ ਇੱਕ ਚੀਜ਼ ਦਾ ਲੇਖਾ ਦੇਣਾ ਪੈਣਾ ਹੈ। ਕੋਈ ਗੁਰੂ ਗ੍ਰੰਥ ਸਾਹਿਬ ਦੀ ਇੱਕ ਲਾਈਨ ਤੇ ਅਮਲ ਕਰ ਲਓ, ਬਾਹਰ ਆਪਣ ਦੀ ਲੋੜ ਨਹੀਂ। ਬੀਬਾ ਜੀ ਕੋਈ ਬੇਨਤੀ ਕਰਦੀ ਹੈ, ਤੇ ਜਿਹੜੀ ਤਾਨਾਸ਼ਾਹੀ ਦੇ ਨਾਲ ਲੋਕਾਂ ਨੂੰ ਆਪਦਾ ਗੁਲਾਮ ਸਮਝਦੇ ਹੋ ਨਾ, ਇਹ ਲੋਕਾਂ ਦੇ ਹੱਥ 'ਚ ਤਾਕਤ ਹੈ, ਚੱਕ ਕੇ ਮਾਰਨਗੇ। ਇਹ ਤੁਹਾਡੇ ਹੱਥ 'ਚ ਤਾਕਤ ਹੈ, ਤੁਸੀਂ ਬਣਾਇਆ ਹੈ, ਤੁਸੀਂ ਜਿਤਾਇਆ ਹੈ। ਕੱਲਾ MP ਨਹੀਂ ਬਣਾਇਆ, ਮੰਤਰੀ ਵੀ ਬਣਾਇਆ। ਬੜੀ ਬੇਇਨਸਾਫ ਤਾਕਤ ਦਿੱਤੀ ਤੁਸੀਂ ਬੀਬਾ ਬਾਦਲ ਨੂੰ, ਤੇ ਜਿੰਨੀ ਤਾਕਤ ਤੇ ਜਿੰਨਾ ਪੈਸਾ ਬੀਬਾ ਨੂੰ ਤੁਸੀਂ ਦਵਾਇਆ, ਉਸ ਹਿਸਾਬ ਨਾਲ ਤਾਂ ਬੀਬਾ ਆਪਦੇ ਮਹਿਲ ਅੱਗੇ, ਜਿੰਨੇ ਮਹਿਲ ਹੈ ਨਾ ਉਹਨਾਂ ਦੇ, ਉਹਨਾਂ ਵਰਗੀਆਂ ਡਿਸਪੈਂਸਰੀਆਂ ਬੀਬਾ ਹਰ ਪਿੰਡ 'ਚ ਬਣਾ ਸਕਦੀ ਸੀ। ਪਤਾ ਹੋਣਾ ਚਾਹੀਦਾ ਤੁਹਾਨੂੰ। ਉਮੀਦ ਕਰਦੀ ਹੈ ਕਿ ਆਉਣ ਵਾਲੀ 19 ਤਰੀਕ ਨੂੰ ਰਾਜਾ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੂੰਗੇ। ਇਹ ਇਲੈਕਸ਼ਨ ਸਾਡਾ ਨਹੀਂ, ਇਹ ਇਲੈਕਸ਼ਨ ਤੁਹਾਡਾ ਹੈ। ਆਮ ਆਦਮੀ ਦੀ ਲੜਾਈ ਹੈ ਰਜਵਾੜਿਆਂ ਨਾਲ, ਪਰ ਮੈਂ ਇਹਨੂੰ ਲੜਾਈ ਨਹੀਂ ਮੰਨਦੀ। ਜਿੱਧਰ ਨੂੰ ਜਨਤਾ ਹੋ ਜਾਏ ਜਿੱਤ ਉਸ ਚੀਜ਼ ਦੀ ਹੈ, ਇਹ ਲੜਾਈ ਨਹੀਂ, ਇਹ ਇੱਕ ਤਰਫ ਹੈ। ਤੁਸੀਂ ਆਪਦੇ ਹੱਕਾਂ ਲਈ ਵੋਟ ਪਾਉਣੀ ਹੈ, ਸਾਨੂੰ ਵੋਟ ਨਹੀਂ ਪਾਉਣੀ। ਤੁਸੀਂ ਇੱਕ ਇਹਦੇ ਬੰਦੇ ਨੂੰ ਵੋਟ ਪਾ ਰਹੇ ਹੋ ਜਦੋਂ ਜਿਹਦੀ ਮਰਜ਼ੀ ਬੰਬ ਫੜ ਕੇ ਇੱਥੇ ਭਾਰਿਆ ਕਰੋਗੇ, ਜਿਵੇਂ ਕਿਦੜਵੇ ਵਾਲੇ ਪਾਉਂਦੇ ਆ ਕਿ ਬਾਈ ਇੱਥੇ ਆ ਜਾ ਕੰਮ ਕਰਕੇ ਜਾ। ਬੀਬਾ ਬਾਦਲ ਨੇ 10 ਸਾਲ ਪਹਿਲਾਂ ਕੀ ਕੀਤਾ ਪਤਾ ਤੁਹਾਨੂੰ, ਤੇ ਅੱਗੇ ਵੀ ਉਹੀ ਕੁਝ ਕਰਨਾ। ਸਾਡੇ ਤੋਂ ਜਿੰਨੇ ਮਰਜ਼ੀ ਕੰਮ ਲੈ ਲਿਆ ਜੇ, ਅਸੀਂ ਆਪਦੇ ਘਰੇ ਨਹੀਂ ਜਾਣਾ, ਸਾਨੂੰ ਲੋੜ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।